ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਕੈਨੇਡਾ 'ਚ ਟਰਾਲੇ ਦੀ ਬ੍ਰੇਕ ਨਾ ਲੱਗਣ ਕਰ ਨੌਜਵਾਨ ਪੰਜਾਬੀ ਮੁੰਡੇ ਦੀ ਹੋਈ ਮੌਤ ਅਗਲੇ ਮਹੀਨੇ ਰੱਖਿਆ ਸੀ ਵਿਆਹ ਤਾਜ਼ਾ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਦੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂ ਜੀ ਪੰਜਾਬੀ ਦੀ ਮੌਤ ਹੋ ਚੁੱਕੀ ਹੈ ਇਹ ਮਾਮਲਾ ਕੈਨੇਡਾ ਦੇ ਟੋਰਾਂਟੋ ਤੋਂ ਸਾਹਮਣੇ ਆਇਆ ਹੈ ਮ੍ਰਿਤਿਕ ਦਾ ਨਾਮ ਹਰਮਪ੍ਰੀਤ ਸੋਹੀ ਜਿੱਥੇ ਪੰਜਾਬ ਦੇ ਕੁੱਪਕਲਾਂ ਦੇ ਨਾਰੋ ਮਾਜ਼ਰਾ ਨਾਲ ਸੰਬੰਧ ਦੱਸਿਆ ਜਾ ਰਿਹਾ ਉੱਥੇ ਹੀ ਇਸ ਨੌਜਵਾਨ ਦਾ ਅਗਲੇ ਮਹੀਨੇ ਵਿਆਹ ਤਿਆਰ ਕੀਤਾ ਗਿਆ ਸੀ ਜਿਸ ਨੇ ਜਲਦੀ ਹੀ ਉਹਨ ਵਿਆਹ ਕਰਵਾਉਣ ਵਾਸਤੇ ਪੰਜਾਬ ਆਉਣਾ ਸੀ ਅਤੇ ਜਨਵਰੀ ਚ ਉਸਦਾ ਵਿਆਹ ਕੀਤਾ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ 8 ਸਾਲ ਪਹਿਲਾਂ ਕੈਨੇਡਾ ਗਿਆ ਰਮਨਦੀਪ ਜਿੱਥੇ ਕੈਨੇਡਾ ਦੇ ਵਿੱਚ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਉੱਥੇ ਬ੍ਰੇਕ ਨਾ ਲੱਗਣ ਦੇ ਕਾਰਨ ਟਰਾਲਾ ਖੁੱਲ ਗਿਆ ਤੇ ਉਹ ਕਾਂਦ ਤੇ ਟਰਾਲੇ ਦੇ ਵਿੱਚਕਾਰ ਫਸ ਗਿਆ ਜਿੱਥੇ ਮੇ ਸੇਮੇ ਟਰੱਕ ਦੀ ਬ੍ਰੇਕ ਲੱਗ ਜਾ ਰਿਹਾ ਸੀ ਉਸ ਸਮੇਂ ਬ੍ਰੇਕ ਨਾ ਲੱਗਣ ਦੇ ਕਾਰਨ ਇਹ ਪਿਆਨਾ ਖਾਸਾ ਅੱਬਗਾ ਤੇ 26 ਸਾਲ ਦੇ ਨੌਜਵਾਨ ਦੀ ਦਰਦਨਾਕ ਹਾਦਸੇ ਚ ਮੌਤ ਹੋ ਗਈ ਖਬਰ ਮਿਲਦੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ